ਲੋਕ ਸਭਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਜੀ ਆਪਣੀ ਵੋਟ ਕਾਸਟ ਕਰਕੇ ਆਏ ਨੇ ਆਪਣੇ ਪਰਿਵਾਰ ਨਾਲ। ਬੱਬੂ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਲੋਕਤੰਤਰ ਦਾ ਪਰਬ ਹੈ ਜੀ, ਇਹਦੇ 'ਚ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਪੋਲ ਕਰੇ, ਮਤਲਬ ਚਾਹੇ ਗਰਮੀ ਹੈ ਜੋ ਮਰਜ਼ੀ ਹੈ, ਕੋਸ਼ਿਸ਼ ਕਰਨੀ ਚਾਹੀਦੀ 100% ਪੋਲਿੰਗ ਹੋਣੀ ਚਾਹੀਦੀ। ਅੱਜ ਦਿਨ ਦੀ ਸ਼ੁਰੂਆਤ ਕਿਵੇਂ ਹੋਈ ਤੁਹਾਡੀ? ਸਭ ਤੋਂ ਪਹਿਲਾਂ ਕੀ ਪਹਿਲਾਂ ਮੰਦਰ ਗਏ ਜਾਂ ਸਭ ਤੋਂ ਪਹਿਲਾਂ ਇੱਥੇ ਆਪਣੇ ਪੋਲਿੰਗ ਸਟੇਸ਼ਨ 'ਤੇ? ਸਭ ਤੋਂ ਪਹਿਲੇ ਤਾਂ ਮੈਂ ਕਾਲੀ ਮਾਤਾ ਮੰਦਰ ਪਠਾਨਕੋਟ ਗਿਆ, ਮੱਥਾ ਟੇਕਿਆ, ਔਰ ਉਸ ਤੋਂ ਬਾਅਦ ਵੋਟ ਪਾਉਣਾ। ਮੌਸਮ ਜਿਵੇਂ ਲੱਗ ਰਿਹਾ ਕਿ ਭਾਰੀ ਗਰਮੀ ਲੱਗ ਰਹੀ ਹੈ, ਪ੍ਰਸ਼ਾਸਨ ਦੀ ਤਿਆਰੀਆਂ ਨੂੰ ਕਿਵੇਂ ਕਰਦੇ ਹੋ ਅਤੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ? ਨਹੀਂ ਨਹੀਂ ਦੇਖੋ, ਸਭ ਤਿਆਰੀਆਂ ਪ੍ਰਸ਼ਾਸਨ ਦੀ ਵੀ ਠੀਕ ਨੇ, ਚਲੋ ਗਰਮੀ ਤਾਂ ਹੈ ਲੇਕਿਨ ਲੋਕਾਂ ਦਾ ਫਿਰ ਵੀ ਘਰੋਂ ਨਿਕਲਣਾ ਔਰ ਵੋਟ ਪਾਉਣੀ ਹੈ। ਔਰ ਦੇਖੋ, ਅੱਜ ਸਵੇਰੇ ਸਵੇਰੇ ਦੇਖੋ, ਇਹ 7:15 ਹੋਏ ਨਾ, ਕਿੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ, ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਪੋਲਿੰਗ ਹੋ ਰਹੀ ਹੈ। ਲੰਬੇ ਦਿਨਾਂ ਤੋਂ ਦੌੜ ਚੱਲ ਰਹੀ ਸੀ, ਅੱਜ ਥਕਾਨ ਮਹਿਸੂਸ ਨਹੀਂ ਲੱਗ ਰਹੀ ਤੁਹਾਡੇ ਚਿਹਰੇ ਦੇ ਉੱਤੇ, ਰਿਲੈਕਸ ਮਹਿਸੂਸ ਕਰ ਰਹੇ ਹੋ? ਕੋਈ ਥਕਾਨ ਨਹੀਂ, ਬਹੁਤ ਵਧੀਆ ਚੁਣਾਵ ਲੜਿਆ ਸੀ ਔਰ ਭਾਰਤੀ ਜਨਤਾ ਪਾਰਟੀ ਚੁਣਾਵ ਜਿੱਤਣ ਜਾ ਰਹੀ ਹੈ। ਕੁਝ ਪਰਿਵਾਰ ਦੇ ਹੋਰ ਸਦੱਸਿਆ ਉਹਨਾਂ ਨਾਲ ਵੀ ਗੱਲਬਾਤ ਕਰਨੇ ਮੈਂ। ਤੁਸੀਂ ਦਿਨੇਸ਼ ਸਿੰਘ ਬੱਬੂ ਜੀ ਦੇ ਨਾਲ ਪਰਿਵਾਰ ਦੇ ਸਦੱਸਿਆ ਹੋ, ਵੋਟ ਕਾਸਟ ਕਰਨ ਆਏ ਹੋ, ਕੁਝ ਕਹਿਣਾ ਚਾਹੁੰਦੇ ਲੋਕਤੰਤਰ ਨੂੰ ਲੈ ਕੇ? ਹਾਂਜੀ ਹਾਂਜੀ, ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਰਾਸ਼ਟਰ ਹਿੱਤ ਦੇਸ਼ ਦੇ ਲਈ ਵੋਟ ਪਾਉਣ। ਅੱਜ ਸਾਰਾ ਪਰਿਵਾਰ ਇੱਕ ਨਾਲ ਇਕੱਠੇ ਹੋ ਕੇ ਵੋਟ ਕਾਸਟ ਕਰਨ ਆਇਆ, ਕਿਵੇਂ ਦਾ ਮਹਿਸੂਸ ਹੋ ਰਿਹਾ, ਕਿਵੇਂ ਦਾ ਫੀਲਿੰਗ? ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਲਕਿ ਇਹ ਸਾਡਾ ਪਿੰਡ ਪੂਰਾ ਜਿਹੜਾ ਹੈ ਉਹ ਸਾਡਾ ਪਰਿਵਾਰ ਹੀ ਹੈ। ਹਾਂਜੀ, ਅਸਾਨ ਦਿਨੇਸ਼ ਸਿੰਘ ਬੱਬੂ ਦੇ ਪਰਿਵਾਰਿਕ ਸਦੱਸਿਆਂ ਨਾਲ, ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੇ ਆਪਣੀ ਵੋਟ ਕਾਸਟ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ, ਇਸ ਦਾ ਜਿਹੜਾ ਇਸ ਆਪਣੀ ਵੋਟ ਦਾ ਇਸਤੇਮਾਲ ਹਰ ਇੱਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ। ਲੋਕ ਸਭਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਜੀ ਆਪਣੀ ਵੋਟ ਕਾਸਟ ਕਰਕੇ ਆਏ ਨੇ ਆਪਣੇ ਪਰਿਵਾਰ ਨਾਲ। ਬੱਬੂ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਲੋਕਤੰਤਰ ਦਾ ਪਰਬ ਹੈ ਜੀ, ਇਹਦੇ 'ਚ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਪੋਲ ਕਰੇ, ਮਤਲਬ ਚਾਹੇ ਗਰਮੀ ਹੈ ਜੋ ਮਰਜ਼ੀ ਹੈ, ਕੋਸ਼ਿਸ਼ ਕਰਨੀ ਚਾਹੀਦੀ 100% ਪੋਲਿੰਗ ਹੋਣੀ ਚਾਹੀਦੀ। ਅੱਜ ਦਿਨ ਦੀ ਸ਼ੁਰੂਆਤ ਕਿਵੇਂ ਹੋਈ ਤੁਹਾਡੀ? ਸਭ ਤੋਂ ਪਹਿਲਾਂ ਕੀ ਪਹਿਲਾਂ ਮੰਦਰ ਗਏ ਜਾਂ ਸਭ ਤੋਂ ਪਹਿਲਾਂ ਇੱਥੇ ਆਪਣੇ ਪੋਲਿੰਗ ਸਟੇਸ਼ਨ 'ਤੇ? ਸਭ ਤੋਂ ਪਹਿਲੇ ਤਾਂ ਮੈਂ ਕਾਲੀ ਮਾਤਾ ਮੰਦਰ ਪਠਾਨਕੋਟ ਗਿਆ, ਮੱਥਾ ਟੇਕਿਆ, ਉਸ ਤੋਂ ਬਾਅਦ ਵੋਟ ਪਾਉਣਾ। ਮੌਸਮ ਜਿਵੇਂ ਲੱਗ ਰਿਹਾ ਕਿ ਭਾਰੀ ਗਰਮੀ ਲੱਗ ਰਹੀ ਹੈ, ਪ੍ਰਸ਼ਾਸਨ ਦੀ ਤਿਆਰੀਆਂ ਨੂੰ ਕਿਵੇਂ ਕਰਦੇ ਹੋ ਅਤੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ? ਨਹੀਂ ਨਹੀਂ ਦੇਖੋ, ਸਭ ਤਿਆਰੀਆਂ ਪ੍ਰਸ਼ਾਸਨ ਦੀ ਵੀ ਠੀਕ ਨੇ, ਚਲੋ ਗਰਮੀ ਤਾਂ ਹੈ ਲੇਕਿਨ ਲੋਕਾਂ ਦਾ ਫਿਰ ਵੀ ਘਰੋਂ ਨਿਕਲਣਾ ਔਰ ਵੋਟ ਪਾਉਣੀ ਹੈ। ਔਰ ਦੇਖੋ, ਅੱਜ ਸਵੇਰੇ ਸਵੇਰੇ ਦੇਖੋ, ਇਹ 7:30 ਹੋਏ ਨਾ, ਕਿੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ, ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਪੋਲਿੰਗ ਹੋ ਰਹੀ ਹੈ। ਲੰਬੇ ਦਿਨਾਂ ਤੋਂ ਦੌੜ ਚੱਲ ਰਹੀ ਸੀ, ਅੱਜ ਥਕਾਨ ਮਹਿਸੂਸ ਨਹੀਂ ਲੱਗ ਰਹੀ ਤੁਹਾਡੇ ਚਿਹਰੇ ਦੇ ਉੱਤੇ, ਰਿਲੈਕਸ ਮਹਿਸੂਸ ਕਰ ਰਹੇ ਹੋ? ਕੋਈ ਥਕਾਨ ਨਹੀਂ, ਬਹੁਤ ਵਧੀਆ ਚੁਣਾਵ ਲੜਿਆ ਸੀ ਔਰ ਭਾਰਤੀ ਜਨਤਾ ਪਾਰਟੀ ਚੁਣਾਵ ਜਿੱਤਣ ਜਾ ਰਹੀ ਹੈ। ਕੁਝ ਪਰਿਵਾਰ ਦੇ ਹੋਰ ਸਦੱਸਿਆ ਉਹਨਾਂ ਨਾਲ ਵੀ ਗੱਲਬਾਤ ਕਰਨੇ ਮੈਂ। ਤੁਸੀਂ ਦਿਨੇਸ਼ ਸਿੰਘ ਬੱਬੂ ਜੀ ਦੇ ਨਾਲ ਪਰਿਵਾਰ ਦੇ ਸਦੱਸਿਆ ਹੋ, ਵੋਟ ਕਾਸਟ ਕਰਨ ਆਏ ਹੋ, ਕੁਝ ਕਹਿਣਾ ਚਾਹੁੰਦੇ ਲੋਕਤੰਤਰ ਨੂੰ ਲੈ ਕੇ? ਹਾਂਜੀ ਹਾਂਜੀ, ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਰਾਸ਼ਟਰ ਹਿੱਤ ਦੇਸ਼ ਦੇ ਲਈ ਵੋਟ ਪਾਉਣ। ਅੱਜ ਸਾਰਾ ਪਰਿਵਾਰ ਇੱਕ ਨਾਲ ਇਕੱਠੇ ਹੋ ਕੇ ਵੋਟ ਕਾਸਟ ਕਰਨ ਆਇਆ, ਕਿਵੇਂ ਦਾ ਮਹਿਸੂਸ ਹੋ ਰਿਹਾ, ਕਿਵੇਂ ਦਾ ਫੀਲਿੰਗ? ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਲਕਿ ਇਹ ਸਾਡਾ ਪਿੰਡ ਪੂਰਾ ਜਿਹੜਾ ਹੈ ਉਹ ਸਾਡਾ ਪਰਿਵਾਰ ਹੀ ਹੈ। ਹਾਂਜੀ, ਅਸਾਨ ਦਿਨੇਸ਼ ਸਿੰਘ ਬੱਬੂ ਦੇ ਪਰਿਵਾਰਿਕ ਸਦੱਸਿਆਂ ਨਾਲ, ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੇ ਆਪਣੀ ਵੋਟ ਕਾਸਟ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ, ਇਸ ਦਾ ਜਿਹੜਾ ਇਸ ਆਪਣੀ ਵੋਟ ਦਾ ਇਸਤੇਮਾਲ ਹਰ ਇੱਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ।